ਸਸਿਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਕਵਲਜੀਤ ਕੰਬੋਜ। ਅੱਜ ਮੰਡੀਆਂ ਦੇ ਵਿੱਚ ਕਿਸਾਨ ਫਸਲਾਂ ਲੈ ਕੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ। ਅੱਜ ਪਹਿਲਾ ਦਿਨ ਹੈ ਫਸਲਾਂ ਦੀ ਖਰੀਦ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਤਾਂ ਇਸ ਵੇਲੇ ਤਸਵੀਰ ਦਿਖਾਉਣੀ ਚਾਹਾਂਗੇ ਤੁਹਾਨੂੰ ਪਟਿਆਲਾ ਦੀ ਸਰੰਦ ਰੋਡ ਅਨਾਜ ਮੰਡੀ ਦੀ, ਜਿੱਥੇ ਕਿਸਾਨ ਅੱਜ ਪਹਿਲੇ ਦਿਨ ਹੀ ਫਸਲਾਂ ਲੈ ਕੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ। ਹਾਲਾਂਕਿ ਹੜ੍ਹ ਦੇ ਨਾਲ ਕਈ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਸੀ, ਲੇਕਿਨ ਉਸ ਤੋਂ ਬਾਅਦ ਵੀ ਕਿਸਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਆਪਣੀਆਂ ਫਸਲਾਂ ਲੈ ਕੇ ਪਹੁੰਚ ਰਹੇ ਨੇ। ਸੋ ਤਸਵੀਰ ਜਿਹੜੀ ਹੈ ਅਨਾਜ ਮੰਡੀ ਪਟਿਆਲਾ ਦੀ ਹੈ, ਜਿੱਥੋਂ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨ ਜਿਹੜੇ ਨੇ ਉਹ ਫਸਲਾਂ ਲੈ ਕੇ ਪਹੁੰਚ ਰਹੇ ਨੇ। ਸੋ ਤਸਵੀਰ ਅਨਾਜ ਮੰਡੀ ਪਟਿਆਲਾ ਦੀ ਹੈ। ਸੋ ਇਹ ਤਸਵੀਰ ਦੇਖ ਰਹੇ ਹੋ ਤੁਸੀਂ ਕਿ ਜਿਸ ਤਰ੍ਹਾਂ ਮੰਡੀਆਂ ਦੇ ਵਿੱਚ ਜਿਹੜਾ ਮੰਡੀ ਕਮੇਟੀ ਦੀ ਤਰਫ ਤੋਂ ਜਿਹੜੀ ਹੈ ਇੰਤਜ਼ਾਮ ਜਿਹੜੇ ਨੇ ਉਹ ਪੁਖਤਾ ਕੀਤੇ ਗਏ ਨੇ। ਲੇਬਰ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ 12 ਰਾਜਾਂ ਤੋਂ। ਤਾਂ ਕਿਸਾਨ ਜਿਹੜੇ ਫਸਲਾਂ ਲੈ ਕੇ ਪਹੁੰਚ ਰਹੇ ਨੇ। ਫਸਲਾਂ ਦੀ ਇਹ ਤਸਵੀਰ ਹੈ ਜਿੱਥੇ ਮੰਡੀਆਂ ਦੇ ਵਿੱਚ ਹੱਥੋਂ ਹੱਥ ਜਿਹੜੀ ਖਰੀਦ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਤਾਂ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈ। ਜਿਸ ਤਰ੍ਹਾਂ ਸਰਕਾਰ ਨੇ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਕਿ 24 ਘੰਟਿਆਂ ਦੇ ਅੰਦਰ ਹੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਪੇਮੈਂਟ ਹੈ ਫਸਲਾਂ ਦੀ ਉਹ ਪੈ ਜਾਵੇਗੀ। ਜਿਸ ਤਰ੍ਹਾਂ ਪਿਛਲੀ ਵਾਰ ਵੀ ਤਸਵੀਰ ਦੇਖਣ ਨੂੰ ਮਿਲੀ ਸੀ ਕਿ ਰਾਜਪੁਰਾ ਦੇ ਰਹਿਣ ਵਾਲੇ ਇੱਕ ਕਿਸਾਨ ਦੀ ਫਸਲ ਜਿਹੜੀ ਹੈ ਪਹਿਲੀ ਖਰੀਦ ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਜਿਹੜੇ ਨੇ ਪਾ ਦਿੱਤੇ ਗਏ ਸੀਗੇ। ਤਾਂ ਇਸ ਵਕਤ ਮੇਰੇ ਨਾਲ ਕਿਸਾਨ ਵੀ ਮੌਜੂਦ ਨੇ, ਲੇਕਿਨ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਮੰਡੀਆਂ ਦੇ ਵਿੱਚ ਫਸਲਾਂ ਲੈ ਕੇ ਪਹੁੰਚ ਰਹੇ ਨੇ। ਸੋ ਇਸ ਵਕਤ ਮੇਰੇ ਨਾਲ ਕਿਸਾਨ ਮੌਜੂਦ ਨੇ ਜਿਹੜੇ ਫਸਲਾਂ ਲੈ ਕੇ ਪਹੁੰਚੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਕੀ ਕੁਝ ਕਹਿਣਾ, ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਮੰਡੀਆਂ ਦੇ ਵਿੱਚ, ਕਿਉਂਕਿ ਅੱਜ ਪਹਿਲਾ ਦਿਨ ਹੈ, ਪਹਿਲੇ ਦਿਨ ਹੀ ਕਿਸਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਫਸਲਾਂ ਲੈ ਕੇ ਪਹੁੰਚ ਰਹੇ ਨੇ। ਸਰ ਕੀ ਨਾਮ ਹੈ ਤੁਹਾਡਾ? ਗੁਰਧਿਆਨ ਸਿੰਘ ਸੋਨਾ, ਭਾਰਤੀ ਕਿਸਾਨ ਏਕਤਾ ਪਟਿਆਲਾ ਸੂਬਾ ਜਨਰਲ ਸਕੱਤਰ। ਅੱਜ ਪਹਿਲਾ ਦਿਨ ਹੈ ਮੰਡੀਆਂ ਦੇ ਵਿੱਚ ਜਿਹੜੀ ਖਰੀਦ ਸ਼ੁਰੂ ਹੋ ਚੁੱਕੀ ਹੈ, ਕਿਸਾਨ ਫਸਲਾਂ ਲੈ ਕੇ ਪਹੁੰਚ ਰਹੇ ਨੇ, ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਇੱਥੇ? ਦੇਖੋ, ਜਦੋਂ ਸਰਕਾਰ ਖਰੀਦ ਸ਼ੁਰੂ ਕਰਦੀ ਆ ਸਾਡੇ ਵਾਸਤੇ ਉਹ ਖੁਸ਼ੀ ਦਾ ਦਿਨ ਨਹੀਂ ਹੁੰਦਾ, ਪਰ ਥੋੜੀ ਜਿਹੀ ਜਿਹੜੀ ਖਰੀਦ ਆ ਉਹ ਲੇਟ ਸ਼ੁਰੂ ਹੋਈ ਆ, ਕਿਉਂਕਿ ਜਿਹੜੀਆਂ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਆ ਵੀ ਘੱਟ ਟਾਈਮ ਵਾਲੀਆਂ ਫਸਲਾਂ ਲਾਓ, ਜਿਵੇਂ ਲੋਕਾਂ ਨੇ 26 ਜਾਂ ਬਰੀਕ ਬੀਜ ਲਾਏ ਨੇ 1500, 9, 11, 21, 16, 92, ਉਹਦੇ ਵਾਸਤੇ ਥੋੜੀ ਜਿਹੀ ਖਰੀਦ ਲੇਟ ਆ, ਇੱਕ ਹਫ਼ਤਾ ਘੱਟੋ ਘੱਟ। ਚਲੋ, ਇੱਕ ਚੰਗਾ ਪੋਜ਼ਿਟਿਵ ਆ, ਵਧੀਆ ਲੱਗਦਾ ਜਿਹੜੀ ਸੀਐਮ ਸਰਕਾਰ ਕਹਿ ਰਹੀ ਹੈ, ਭਗਵੰਤ ਮਾਨ ਸਰਕਾਰ ਆ, ਵੀ 24 ਘੰਟੇ ਵਿੱਚ ਫਸਲ ਦੀ ਅਦਾਇਗੀ ਦੇਈ ਜਾਊਗੀ। ਪਿੱਛੇ ਵੀ ਚਲੋ ਵਧੀਆ ਹੋਇਆ, ਪਰ ਆਉਣ ਵਾਲੇ ਟਾਈਮ 'ਚ ਆਸ ਰੱਖਦੇ ਹਾਂ ਵੀ ਕੇਂਦਰ ਸਰਕਾਰ ਤੋਂ ਅਤੇ ਇਹਨਾਂ ਤੋਂ ਵੀ ਲੋਕਾਂ ਨੂੰ ਸਮੇਂ ਸਿਰ ਇਹਦੀ ਅਦਾਇਗੀ ਕੀਤੀ ਜਾਵੇ। ਬਾਕੀ ਮੰਡੀ ਦਾ ਪ੍ਰਬੰਧ ਰਲਾ ਮਿਲਾ ਕੇ ਅੱਜ ਸਾਰਾ ਕੁਝ ਠੀਕ ਲੱਗਦਾ ਜਿਵੇਂ ਚੱਲ ਰਿਹਾ, ਪਰ ਉਹਦੇ 'ਚ ਸਾਡੀਆਂ ਕੁਝ ਡਿਮਾਂਡਾਂ ਵੀ ਨੇ, ਜਿਵੇਂ ਇੱਥੇ ਰਹਿਣ ਸਹਿਣ ਵਾਸਤੇ ਕੋਈ ਕਿਸਾਨ ਭਵਨ ਬਣੇ, ਜਾਂ ਚਲੋ ਹੋਰ ਪੁਖਤਾ ਪ੍ਰਬੰਧ ਹੈਗੇ ਨੇ, ਲੈਟਰਿੰਗ ਬਾਥਰੂਮ ਦੇ ਕਰੇ ਨੇ ਕੁਛ, ਪਿੱਛੇ ਨਾਲ ਕੁਛ ਸੁਧਾਰ ਹੋਇਆ, ਪਰ ਰਹਿਣ ਸਹਿਣ ਵਾਸਤੇ ਕੋਈ ਕਿਸਾਨ ਭਵਨ ਬਣੇ। ਦੂਜੇ ਪਾਸੇ ਜਿਹੜੀ ਮੋਰਚੇ ਦੀ ਦਿੱਕਤ ਆ, ਕਿਉਂਕਿ ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਝੋਨੇ ਦੀ ਫਸਲ ਜਿਹੜੀ ਹੋਈ ਆ ਬਹੁਤ ਜ਼ਿਆਦਾ ਹੋਈ ਆ, ਉਹਦੇ ਕਰਕੇ ਵੀ ਇਹਦੇ ਮੋਰਚੇ ਤੋਂ ਵੀ ਛੋਟ ਦੇਣੀ ਚਾਹੀਦੀ ਆ, ਜਿਵੇਂ ਸਰਕਾਰ 17 ਤੈਅ ਕਰ ਰਹੀ ਆ, ਪਰ ਘੱਟੋ ਘੱਟ 22 ਚਾਹੀਦਾ। ਬਾਕੀ ਜਿਹੜੀ 126 ਗੇਤੀਆਂ ਵਰਾਇਟੀਆਂ ਨੇ ਉਹਨਾਂ ਦਾ ਮੋਚਰ ਤਾਂ 17 ਤੋਂ ਵੀ ਘੱਟ ਹੋਊਗਾ, ਜਿਵੇਂ ਆਪਾਂ ਆਧਾਰਨ ਤੋਂ ਆਹ ਕਹਿ ਸਕਦੇ ਹਾਂ, ਜਿਹੜੀ ਇਸ ਟਾਈਮ ਆਪਾਂ ਖਰੀਦ ਸ਼ੁਰੂ ਹੋਈ ਆ ਇਹਦਾ ਮੋਚਰ ਮੈਨੂੰ ਲੱਗਦਾ 15-16 ਹੀ ਹੋਊਗਾ, ਕਿਉਂਕਿ ਚੌਲ ਨਿਕਲਿਆ, ਸਾਰਾ ਕੁਛ ਹੋ ਰਿਹਾ। ਬਾਕੀ ਕੇਂਦਰ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਭਾਈ ਜਿਹੜਾ ਕਿਸਾਨਾਂ ਦਾ ਜਿੰਨਾ ਵੀ ਨੁਕਸਾਨ ਹੋ, ਹੜ੍ਹਾਂ ਦੀ ਮਾਰ ਹੋ, ਉਹਦਾ ਕੋਈ ਵਿਸ਼ੇਸ਼ ਪੈਕੇਜ ਕਰੇ ਪੰਜਾਬ ਸਰਕਾਰ, ਕੁਛ ਕਰੇ। ਪੰਜਾਬ ਸਰਕਾਰ 6800 ਰੁਪਏ ਏਕੜ ਦਾ ਮੁਆਵਜ਼ਾ ਦੇ ਰਹੀ ਹੈ, ਪਰ ਨਾ ਮਾਤਰਾ, ਕਿਉਂਕਿ 3-3 ਵਾਰੀਆਂ ਜਿਹੜੀਆਂ ਲੋਕਾਂ ਦੇ ਲੱਗ ਸਕਦੇ ਹੜ੍ਹਾਂ ਦੇ ਪ੍ਰਭਾਵਿਤ ਕਰਕੇ, ਉਹਦੇ ਕਰਕੇ 6800 ਬਹੁਤ ਘੱਟ ਆ। ਦੂਜੇ ਪਾਸੇ ਗਰਦੌਰੀਆਂ ਦੇ ਤੌਰ 'ਤੇ ਸਰਕਾਰ ਆਹ ਵੀ ਦਾਅਵਾ ਕਰੇ ਵੀ ਜਿੱਥੇ ਖੇਤ 'ਚ ਫਸਲ ਨਹੀਂ ਬੀਜੀ 1800 ਰੁਪਏ ਵੀ ਉਹਨੂੰ ਮਿਲੂਗਾ, ਪਰ ਚਲੋ ਕਿਸਾਨ ਜਥੇਬੰਦੀਆਂ ਘੋਲ ਕਰਕੇ ਜਿਹਦੀ ਫਸਲ ਮਰੀ ਆ ਗਰਦੌਰੀਆਂ ਕਰਵਾ ਕਰਵਾਉਗੇ, ਕੁਛ ਕੁਛ ਬੰਦਿਆਂ ਦੇ ਖਾਤੇ 'ਚ ਪੈ ਰਹੀਆਂ ਨੇ, ਪਰ ਸਰਕਾਰ ਇਹਦੇ ਵਿੱਚ ਆਹ ਵੀ ਉਹ ਕਰ ਰਹੀ ਹੈ ਵੀ ਜੇ ਇੱਕ ਪਿੰਡ ਦੇ ਵਿੱਚ 20 ਘਰਾਂ ਦਾ ਨੁਕਸਾਨ ਆ, 1-2 ਦੇ ਕੇ ਪੈਸੇ ਪਾ ਤੇ 18 ਰਹਿੰਦੇ ਨੇ, ਜਦਕਿ ਸਰਕਾਰ ਨੂੰ ਇੱਕ ਅੱਖ ਨਾਲ ਦੇਖਣਾ ਜਿੱਥੇ ਨੁਕਸਾਨ ਹੋਵੇ ਉਹ ਪਰਮਾਨੈਂਟ ਪਿੰਡਾਂ ਦੇ ਵਿੱਚ ਗਰਦੌਰੀਆਂ ਕਰਾ ਕੇ ਪਟਵਾਰੀ ਜਾਂ ਪਿੰਡਾਂ ਦੇ 5 ਸਰਪੰਚ ਲੰਬੜਦਾਰਾਂ ਤੋਂ ਕਰਵਾ ਕੇ ਉਹ ਨੁਕਸਾਨ ਉਹਨਾਂ ਦੀ ਭਰਪਾਈ ਹੋਣੀ ਚਾਹੀਦੀ। ਜਿਸ ਤਰ੍ਹਾਂ ਕੋ ਧਿਆਨ ਜੀ ਪਿਛਲੀ ਵਾਰੀ ਆਪਾਂ ਮੰਗ ਰੱਖੀ ਸੀਗੀ ਕਿ ਬਾਥਰੂਮ ਜਿਹੜੀ ਸਮੱਸਿਆ ਕਾਫੀ ਵੱਡੀ ਸੀਗੀ ਉਰੇ ਟੋਇਲਟ ਦੀ, ਹਨਾ, ਕਿ ਜਿਹੜੀ ਬੀਬੀਆਂ ਭੈਣਾਂ ਨੇ ਉਰੇ ਮਜ਼ਦੂਰੀ ਕਰਨ ਦੇ ਲਈ ਪਹੁੰਚ ਰਹੀਆਂ ਨੇ ਉਹਨਾਂ ਦੇ ਲਈ ਮਤਲਬ ਖੁੱਲਿਆ ਨਹੀਂ ਹੈਗਾ। ਇਸ ਵਾਰ ਖੋਲਿਆ ਗਿਆ, ਸਫਾਈ ਕੀਤੀ ਗਈ ਹੈ, ਪੂਰੀ ਮਤਲਬ ਸਫਾਈ ਕਰ ਦਿੱਤੀ ਗਈ ਹੈ, ਇੱਕ ਹੱਲ ਤਾਂ ਹੋਇਆ ਹੀ ਹੈ। ਜਿਹੜੇ ਅੱਜ ਖਰੀਦ ਸ਼ੁਰੂ ਤੇ ਮੌਕੇ ਦੇ ਪ੍ਰਬੰਧ ਹੋਏ ਨੇ ਉਹ ਸਭ ਵਧੀਆ ਨੇ ਇਸ ਟਾਈਮ, ਪਰ ਆਉਣ ਵਾਲੇ ਟਾਈਮ ਵਿੱਚ ਕਿਤੇ ਵੀ ਬਾਰਦਾਨੇ ਦੀ ਕਿੱਲਤ ਜਾਂ ਅਦਾਇਗੀ ਦੀ ਕਿੱਲਤ ਜਾਂ ਇਹ ਕਿੱਲਤ ਦਾ ਮਤਲਬ ਕਿ ਆਉਣ ਵਾਲਾ ਟਾਈਮ ਦੱਸੂਗਾ ਪੋਲਿਸੀ ਦੇ ਬਾਰੇ। ਚਲੋ ਪਿੱਛੇ ਠੀਕ ਠਾਕ ਰਿਹਾ, ਬਾਕੀ ਆਸ ਰੱਖਦੇ ਹਾਂ ਵੀ ਜਿਹੜੇ ਜੇ ਪ੍ਰਬੰਧ ਜਿਵੇਂ ਸਰਕਾਰ ਦਾਅਵਾ ਕਰ ਰਹੀ ਆ ਤਾਂ ਜੇ ਪੁਖਤਾ ਪ੍ਰਬੰਧ ਉਵੇਂ ਹੁੰਦੇ ਨੇ ਤਾਂ ਕਿਸਾਨ ਖੁਸ਼ ਨੇ ਉਹਦੇ ਵਿੱਚ। ਜਿਸ ਤਰ੍ਹਾਂ ਉਮੀਦ ਕੀਤੀ ਜਾ ਰਹੀ ਹੈ ਕਿ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਫਸਲਾਂ ਉਰੇ ਪਹੁੰਚੀਆਂ ਸੀਗੀਆਂ ਪਹਿਲੇ ਦਿਨ, ਹਨਾ, ਉਸ ਤੋਂ ਵੱਧ ਜਿਹੜਾ ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਕਿ ਫਸਲਾਂ ਉਰੇ ਆਣਗੇ ਕਿਸਾਨ ਲੈ ਕੇ।
ਜਿਹੜੀ ਪਟਿਆਲਾ ਬੈਲਟ ਆਪਾਂ ਉਹਦੀ ਗੱਲ ਕਰ ਸਕਦੇ ਹਾਂ, ਕੁਛ ਪਟਿਆਲਾ ਦੇ ਨੇੜੇ ਤੇੜੇ ਦੇ ਪਿੰਡਾਂ ਦਾ ਜਿੱਥੇ ਹੜਾਂ ਦਾ ਪ੍ਰਭਾਵਿਤ ਘੱਟ ਹੋਇਆ ਉੱਥੇ ਕਾਫੀ ਹੋਣਗੇ, ਵੱਡੀ ਮੰਡੀ ਆ। ਪਰ ਜੇ ਆਪਾਂ ਦੇਵੀਗੜ੍ਹ ਪੁੰਡਰਹਿਰੀ ਪਾਤੜਾ ਸਮਾਨ ਸਾਈਜ਼ ਦੀ ਗੱਲ ਕਰਦੇ ਹਾਂ, ਉੱਥੇ ਹੜਾਂ ਦਾ ਕਾਫੀ ਨੁਕਸਾਨ ਹੋਇਆ। ਉਹਦੇ ਕਰਕੇ ਚਲੋ ਲੋਕ ਫਿਰ ਵੀ ਵੱਡੀਆਂ ਮੰਡੀਆਂ ਕਰਕੇ ਇੱਥੇ ਫਸਲ ਜ਼ਿਆਦਾ ਲੈ ਕੇ ਇੱਥੇ ਵਾਧਾ ਦਾ ਇਹੀ ਕਾਰਨ, ਵੱਡੀ ਮੰਡੀ ਆ ਪਟਿਆਲੇ ਦੀ, ਸਾਫ਼ ਸਫਾਈ ਦਾ ਜਾਂ ਜਗ੍ਹਾ ਇੱਥੇ ਹੈਗੀ ਆ। ਉਹਦੇ ਕਰਕੇ ਜਿਹੜੇ ਕੱਚੀਆਂ ਮੰਡੀ ਦੇ ਲੋਕ ਘੱਟ ਫਸਲ ਪਹੁੰਚਾਉਣ ਦੀ ਬਜਾਏ ਪਟਿਆਲੇ ਮੰਡੀ ਜ਼ਿਆਦਾ ਲੈ ਕੇ ਆਉਣਗੇ, ਜਿਹੜਾ ਇੱਥੇ ਵਾਧਾ ਰਿਕਾਰਡ ਹੋਊਗਾ। ਇਸ ਤਰ੍ਹਾਂ ਹੜਾਂ ਦੇ ਨਾਲ ਵੀ ਕਾਫੀ ਫਸਲਾਂ ਬਰਬਾਦ ਹੋਈਆਂ ਕਿਸਾਨਾਂ ਦੀਆਂ, ਨਾ ਪਾਣੀ ਭਰ ਗਿਆ ਜੀ ਖੇਤਾਂ ਦੇ ਵਿੱਚ, ਤਾਂ ਉਸ ਲਈ ਸਰਕਾਰ ਤੋਂ ਕੋਈ ਮੰਗ ਕਰਨੀ ਚਾਹੋਗੇ ਤੁਸੀਂ ਅੱਜ? ਹਾਂਜੀ, ਦੇਖੋ ਸਰਕਾਰ ਤੋਂ ਹਮੇਸ਼ਾ ਅਸੀਂ ਲਗਾਤਾਰ ਮੰਗ ਕਰਦੇ ਆ ਰਹੇ ਹਾਂ, ਕੇਂਦਰ ਸਰਕਾਰ ਤੋਂ ਵੀ, ਪੰਜਾਬ ਸਰਕਾਰ ਤੋਂ ਵੀ। ਦੇਖੋ ਜੋ ਵੀ ਹੜਾਂ ਦੇ ਨਾਲ ਜਾਨੀ ਮਾਨੀ ਜੋ ਵੀ ਨੁਕਸਾਨ ਹੋਇਆ ਉਹਦੀ ਭਰਪਾਈ ਹੋਣੀ ਚਾਹੀਦੀ ਆ, ਕਿਉਂਕਿ ਜਿਹੜਾ ਕਿਸਾਨ ਆ ਮਤਲਬ ਕਿਸਾਨ ਆ ਜਾਂ ਮਜ਼ਦੂਰ ਆ ਉਹ ਸਰਕਾਰਾਂ ਤੇ ਆਸਰਾ, ਕਿਉਂ ਟੈਕਸ ਦੇ ਰੂਪ ਦੇ ਵਿੱਚ ਉਹਨਾਂ ਸੜਕ ਦੇ, ਜੇ ਹਰ ਇੱਕ ਬੰਦੇ ਨੂੰ ਰੋਟੀ ਦੇਣੀ ਸਰਕਾਰ ਦਾ ਮਕਸਦ ਆ, ਜੇ ਕੋਈ ਜਿਸ ਤਰ੍ਹਾਂ ਕੋਈ ਇੰਡਸਟਰੀ ਜਾਂ ਕੋਈ ਹੋਰ ਪ੍ਰਭਾਵਿਤ ਹੁੰਦੀ ਆ ਤਾਂ ਸਰਕਾਰ ਉਹਨੂੰ ਸਬਸਿਡੀਆਂ ਵਗੈਰਾ ਦਿੰਦੀ ਆ। ਇਹਦੇ ਕਰਕੇ ਜਿਹੜੀ ਖੇਤੀ ਆ, ਖੇਤੀ ਵੀ ਕੋਈ ਪਾਲਿਸੀ ਬਣਨੀ ਚਾਹੀਦੀ ਆ, ਕਿਉਂਕਿ ਇੱਕ ਖੇਤੀ ਉਹ ਇਹੋ ਜਿਹਾ ਧੰਦਾ ਜਿਹੜਾ ਖੁੱਲ੍ਹੇ ਸਮਾਨ ਹੇਠਾਂ ਕਿਸਾਨ ਉਹ ਕਰਦਾ ਲੱਖਾਂ ਦਾ ਲਾ ਕੇ, ਅੱਜ ਕੋਈ ਦੁਕਾਨਦਾਰੀ ਕਰਦਾ 500 ਦਾ ਸਮਾਨ ਉਹਦੀ ਛੱਤ ਦੇ ਹੇਠਾਂ ਪਾਉਂਦਾ। ਦੂਜੇ ਪਾਸੇ ਆਪਾਂ ਇਹਨੂੰ ਆਹ ਗੱਲ ਵੀ ਕਹਿ ਸਕਦੇ ਹਾਂ ਵੀ ਇਹਦੇ ਬਾਰੇ ਕੋਈ ਪਾਲਿਸੀ, ਮੰਨ ਲਓ ਸਾਡੇ 3-3 ਵਾਰੀ ਫਸਲਾਂ ਮਰੀਆਂ ਨੇ, ਫੇਰ ਵੀ ਕਿਸਾਨਾਂ ਨੇ ਔਖੇ ਸੌਖੇ ਹੋ ਕੇ ਉਹ ਲਾਈਆਂ ਨੇ ਦੁਬਾਰੇ, ਜਾਂ ਕਿਸੇ ਵੀ ਤਰੀਕੇ ਗਏ ਲਾਈਆਂ ਨੇ ਆਪ ਦੀ, ਮਤਲਬ ਕਿ ਜੇ ਕੋਈ ਸਰਕਾਰੀ ਇੰਡਸਟਰੀ ਜਾਂ ਕੋਈ ਹੋਵੇ ਉੱਥੇ ਪਾਲਿਸੀਆਂ ਹੈਗੀਆਂ ਨੇ, ਕਿਸਾਨ ਵਾਸਤੇ ਕੋਈ ਨਹੀਂ ਪਾਲਿਸੀ ਨਹੀਂ, ਸਰਕਾਰ ਨੂੰ ਇਹਨਾਂ ਕਿਸਾਨੀ ਵਾਸਤੇ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ, ਕਿਉਂਕਿ ਜਿਹੜੀ 20-32 ਚੀਜ਼ਾਂ ਪੈਦਾ ਕਰਦਾ ਉਹ ਕਿਸਾਨ ਹੀ ਕਰਦਾ, ਕੋਈ ਇੰਡਸਟਰੀ ਨਹੀਂ ਕਰਦੀ, ਸਾਰੀ ਇੰਡਸਟਰੀ ਸਾਰਾ ਵਾਤਾਵਰਨ ਜੇ ਆਪਣੀ ਜ਼ਿੰਦਗੀ ਜੀਣੀ ਆ ਖਾਣ ਪੀਣ ਦੀਆਂ ਚੀਜ਼ਾਂ ਉਹ ਕਿਸਾਨ ਪੈਦਾ ਕਰ ਸਕਦਾ। ਜਦ ਤੱਕ ਖੇਤੀ ਬਚੂਗੀ, ਕਿਸਾਨ ਬਚੂਗਾ, ਮਜ਼ਦੂਰ ਬਚੂਗਾ, ਹਰ ਇੱਕ ਵਰਗ ਬਚੂਗਾ। ਜੇ ਖੇਤੀ ਪ੍ਰਭਾਵਿਤ ਹੁੰਦੀ ਆ ਜਾਂ ਕਿਸਾਨ ਮਜ਼ਦੂਰ ਪ੍ਰਭਾਵਿਤ ਹੁੰਦਾ ਫਿਰ ਕੁਛ ਵੀ ਨਹੀਂ ਹੈਗਾ, ਫਿਰ ਸਾਰਾ ਕੁਛ ਖਤਮ ਹੋ ਗਿਆ। ਜਿਸ ਤਰ੍ਹਾਂ ਹੱਥੋ ਹੱਥ ਖਰੀਦ ਹੋ ਰਹੀ ਹੈ, 24 ਘੰਟਿਆਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਪੈ ਰਹੀ, ਪਿਛਲੇ ਸਮੇਂ ਦੇ ਦੌਰਾਨ ਵੀ ਦੇਖਿਆ ਆਪਾਂ ਪਟਿਆਲਾ ਦੇ ਕਿਸਾਨ ਸੀਗੇ, ਸਭ ਤੋਂ ਪਹਿਲੀ ਪੇਮੈਂਟ ਉਹਨਾਂ ਦੇ ਖਾਤੇ ਦੇ ਵਿੱਚ ਪਾਈ ਗਈ ਸੀਗੀ, ਇਸ ਪਾਲਿਸੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਸਰਕਾਰ ਦੀ? ਦੇਖੋ ਜੀ, ਇਹ ਪੂਰਨ ਤੌਰ ਤੇ ਪਾਲਿਸੀ ਲਾਗੂ ਹੋ ਜਾਂਦੀ ਹੈ ਸਰਕਾਰ ਦੀ, ਬਹੁਤ ਵਧੀਆ ਦੇਣਾ ਹੈ ਲੋਕਾਂ ਨੂੰ, ਕਿਉਂਕਿ 24 ਘੰਟੇ ਦੇ ਵੀ ਦੇਖੋ ਕਿਸਾਨ ਪਹਿਲਾਂ ਹੀ 6 ਮਹੀਨੇ ਫਸਲ ਨੂੰ ਪਾਲਦਾ, ਅੱਕ ਜਾਂਦਾ ਹੋ ਵੀ ਰੇਹ ਦਵਾਈਆਂ ਸਾਰਾ ਪੈਸਾ ਲਾ ਲਾ ਕੇ, ਪਰ ਜੇ ਉਹਨੂੰ ਜ਼ਿਆਦਾ ਉਹਦੀ ਫਸਲ ਮੰਡੀ 'ਚ ਆਉਂਦੀ ਆ ਉਹਨੂੰ 24 ਘੰਟੇ ਵਿੱਚ ਦੇਗੀ ਹੋ ਜੇ, ਬਹੁਤ ਵੱਡੀ ਪ੍ਰਾਪਤੀ ਉਹਨੂੰ, ਮਤਲਬ ਖੁਸ਼ੀ ਹੈ ਵੀ ਉਹ ਜਿਹਦਾ ਲੈਣਾ ਦੇਣਾ ਮੌਕੇ ਨਾਲ ਕਰ ਸਕਦਾ ਆ। ਬਾਕੀ ਇੰਤਜ਼ਾਮ ਮਤਲਬ ਵਧੀਆ ਨੇ ਜਿਹੜੀ ਮੰਡੀ ਕਮੇਟੀ ਵੱਲੋਂ ਕੀਤੇ ਗਏ ਨੇ? ਮਾਰਕੀਟ ਕਮੇਟੀ ਕੋਲ ਜਿਹੜੇ ਮੌਕੇ ਦੇ ਅੱਜ ਆਪਾਂ ਪ੍ਰਬੰਧ ਦੇਖ ਰਹੇ ਹਾਂ, ਸਾਫ਼ ਸਫਾਈ ਦਾ ਜਾਂ ਜੋ ਵੀ ਬਾਥਰੂਮ ਵਗੈਰਾ ਬਣਾਏ ਹੋਏ ਨੇ ਵਧੀਆ ਮੌਕੇ ਦਾ, ਠੀਕ ਆ ਅੱਜ ਦੀਆਂ ਉਹ ਨੇ, ਪਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਸਾਡੇ ਲੰਬਾ ਟਾਈਮ ਚੱਲਣਾ ਉਦੋਂ ਬਾਅਦ ਪਤਾ ਲੱਗੂ ਵੀ ਕੀ ਜਾ ਕੇ ਵਾਰਦਾਨ, ਜਦੋਂ ਫਸਲਾਂ ਪੂਰੀਆਂ ਹਨ ਤਾਂ ਪਹਿਲੇ ਦੇ ਆਧਾਰ ਤੇ ਆ ਰਹੀ ਆ, ਉਸ ਟਾਈਮ ਹਰ ਇੱਕ ਚੀਜ਼ ਦਾ ਪ੍ਰਬੰਧ ਹੁੰਦਾ, ਪਰ ਦਿੱਕਤਾਂ ਬਾਅਦ ਮਾ ਕੇ ਆਉਂਦੇ ਨੇ ਵੀ ਵਾਰਦਾਨ ਦੀ ਦਿੱਕਤ ਆ ਗਈ ਜਾਂ ਕਿਸੇ ਹੋਰ ਚੀਜ਼ ਦੀ ਦਿੱਕਤ ਆ ਗਈ, ਸਮੱਸਿਆਵਾਂ ਬਾਅਦ ਮਾ ਪੈਦਾ ਹੁੰਦੀਆਂ ਨੇ ਕ੍ਰੇਟ, ਕਿਉਂਕਿ ਇੱਕ ਦੂਜੀ ਗੱਲ ਸਰਕਾਰ ਨੂੰ ਤੇ ਧਿਆਨ ਵਿੱਚ ਆ ਵੀ ਲੈਣਾ ਚਾਹੁੰਦਾ ਵੀ ਇਸ ਵਾਰ ਜਿਹੜੀਆਂ ਹੜਾਂ ਦੀ ਮਾਰਨ ਵਾਲਾ ਜੀਰੀਆਂ ਲੇਟ ਫਰੇਟ ਬਹੁਤ ਲੱਗੇ, 2 ਮਹੀਨਾ ਲਗਾਤਾਰ ਜੀਰੀਆਂ ਲੱਗਦੀਆਂ ਰਹੇ ਨੇ, ਜਦਕਿ ਟਾਈਮਿੰਗ ਦੀ 15 ਵਿਧੀ ਹੁੰਦੀ ਹੁੰਦੀ ਆ, ਪਰ ਇਸ ਵਾਰ 2 ਮਹੀਨਾ ਲੰਬਾ ਟਾਈਮ ਚੱਲਿਆ ਜਿਹੜੀਆਂ ਲੱਗੀਆਂ ਨੇ, ਉਹਦੇ ਕਰਕੇ ਜਿਹੜੀ ਇਹਦੀ ਖਰੀਦ ਦੀ ਡੇਟ ਆ ਉਹ ਵੀ ਆਪਾਂ ਨੂੰ ਲੰਬੀ ਰੱਖਣੀ ਪਊਗੀ, ਮਤਲਬ ਘੱਟੋ ਘੱਟ ਟਾਈਮ ਮੰਨ ਲਓ ਜਿਵੇਂ ਫਸਲਾਂ 2 ਮਹੀਨੇ ਪਹਿਲਾਂ ਲੇਟ, 2 ਮਹੀਨੇ ਤੱਕ ਹੋਰ ਲੈ ਕੇ ਜਾਣੀ ਪਊ ਖਰੀਦ ਆਪਾਂ ਨੂੰ, ਮਤਲਬ ਵੀ ਇੱਕ ਤੋਂ ਸ਼ੁਰੂ ਕਰਿਆ 2 ਮਹੀਨੇ ਘੱਟੋ ਘੱਟ ਦੀ ਖਰੀਦ ਜਾਰੀ ਰੱਖਣੀ ਪਊਗੀ ਸਰਕਾਰ ਨੂੰ। ਤਾਂ ਬਿਲਕੁਲ ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਉਰੇ ਮਾਰਕੀਟ ਕਮੇਟੀ ਦੀ ਤਰਫ ਤੋਂ ਇੰਤਜ਼ਾਮ ਜਿਹੜੇ ਨੇ ਪੁਖਤਾ ਕੀਤੇ ਗਏ ਨੇ, ਸਫਾਈ ਦਾ ਪ੍ਰਬੰਧ ਵੀ ਪੂਰਾ ਵਧੀਆ ਹੈ, ਤੇ ਜਿਹੜੀ ਟੋਇਲਟ ਦੀ ਸਮੱਸਿਆ ਪਿਛਲੀ ਵਾਰੀ ਆਈ ਸੀਗੀ ਤਾਂ ਉਹ ਵੀ ਬਿਲਕੁਲ ਵਧੀਆ ਕਰ ਦਿੱਤੀ ਗਈ ਹੈ। ਸੋ ਤਸਵੀਰ ਦੇਖ ਸਕਦੇ ਹੋ ਤੁਸੀਂ, ਮੰਡੀਆਂ ਦੇ ਵਿੱਚ ਕਿਸਾਨ ਫਸਲਾਂ ਲੈ ਕੇ ਪਹੁੰਚ ਰਹੇ ਨੇ। ਸੋ ਇਹ ਤਸਵੀਰ ਜਿਹੜੀ ਹੈ ਤੁਸੀਂ ਮੰਡੀ ਦੀ ਦੇਖ ਰਹੇ ਹੋ ਕਿ ਜਿਹੜਾ ਮੋਇਸਚਰ ਦੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਮੀਟਰ ਜਿਹੜਾ ਉਸ ਦੇ ਉੱਪਰ ਜਿਹੜੀ ਹੈ ਫਸਲ ਜਿਹੜੀ ਹੈ ਰੱਖੀ ਗਈ ਹੈ, ਤਸਵੀਰ ਦੇ ਜਿਹੜੇ ਤੇ ਬਿਲਕੁਲ 17.6 ਦੀ ਤਸਵੀਰ ਤੁਸੀਂ ਇਹ ਦੇਖ ਸਕਦੇ ਹੋ। ਤਾਂ ਇਸ ਵੇਲੇ ਮੇਰੇ ਨਾਲ ਆੜਤੀ ਆ ਭਾਈਚਾਰਾ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਉਹਨਾਂ ਦਾ ਕੀ ਕਹਿਣਾ, ਕਿਉਂਕਿ ਕਿਸਾਨ ਜਿਹੜੇ ਇਹਨਾਂ ਦੇ ਵੀ ਕਾਫੀ ਵਾਹਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜੇ ਉਰੇ ਮਾਰਕੀਟ ਕਮੇਟੀ ਦੀ ਤਰਫ ਤੋਂ ਇੰਤਜ਼ਾਮ ਜਿਹੜੇ ਨੇ ਉਹ ਪੁਖਤਾ ਕੀਤੇ ਗਏ ਨੇ, ਸਫਾਈ ਦਾ ਪ੍ਰਬੰਧ ਬਿਲਕੁਲ ਵਧੀਆ ਕੀਤਾ ਗਿਆ ਪਿਛਲੀ ਵਾਰ ਦੇ ਨਾਲੋਂ, ਤੇ ਇੱਕ ਸਰਕਾਰ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ 24 ਘੰਟਿਆਂ ਦੇ ਵਿੱਚ ਖਾਤੇ ਦੇ ਵਿੱਚ ਪੇਮੈਂਟ ਪਾਉਣ ਵਾਲੀ ਗੱਲ ਹੈ ਜੇਕਰ ਉਹ ਪੂਰਨ ਤੌਰ ਤੇ ਲਾਗੂ ਹੋ ਜਾਵੇ ਤਾਂ ਕਿਸਾਨ ਖੱਜਲ ਖਵਾਰ ਹੋਣਾ ਬੰਦ ਹੋ ਜਾਣਗੇ। ਸੋ ਇਸ ਵਕਤ ਮੇਰੇ ਨਾਲ ਆਰਤੀ ਭਾਈਚਾਰਾ ਮੌਜੂਦ ਨਾਲ ਗੱਲਬਾਤ ਕਰਦੇ ਹਾਂ। ਸਰ ਕੀ ਨਾਮ ਹੈ ਤੁਹਾਡਾ? ਮੁਲਖਰਾਜ ਗੁਪਤਾ, ਪ੍ਰਧਾਨ ਨਵੀਂ ਨਾਜ ਮੰਡੀ ਪਟਿਆਲਾ। ਅੱਜ ਸਰ ਪਹਿਲਾ ਦਿਨ ਹੈ, ਫਸਲਾਂ ਦੀ ਖਰੀਦ ਹੋ ਰਹੀ ਹੈ, ਕਿਸਾਨ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ। ਹਾਂਜੀ ਹਾਂ, ਅੱਜ ਪਹਿਲਾ ਦਿਨ ਹੈ, 1 ਤਰੀਕ ਤੋਂ ਪਰਚੇਜ ਚਾਲੂ ਹੋਣੀ ਸੀ, ਅੱਜ ਹੋ ਜਾਊਗੀ ਦਿਨ ਚ, ਤੇ ਅਸੀਂ ਕਿਸਾਨਾਂ ਨੂੰ ਰੋਕਿਆ ਹੋਇਆ ਸੀ ਸਾਰਿਆਂ ਨੇ, ਅੱਜ ਪਿੱਛੇ ਤੋਂ ਰੋਕ ਕੇ ਅੱਜ 1 ਤਰੀਕ ਅੱਜ ਪੂਰਾ ਰਸ਼ ਹੋ ਜਾਵੇ।
सफाई भी है, पानी का इंतजाम भी है, बाहर दाने का भी हो जूगा, सारा कुछ हो जूगा। लेकिन थोड़िया दिक्कत आ रही ने, मतलब वो दिक्कत जेडिया जेड़ा किसान आड़ती ते शैलर आला ये सारा 9 मास का रिश्ता है, इस किते भी कमी पैंदी है वह मुड़ के आके किसान ते कमी पैनी है। ते हुण सानू दिक्कत आ रही है जेड़े आड़ती ने उन्हां दी, देखो जिहड़ी गवर्नमेंट जिहड़ी कहिंदी है 8% ग्रोथ वास्ते कहिंदी है हर साल, लेकिन साडी 2.5% आड़ती साल तो चलती सी, उन्होंने ग्रोथ की बजाय उन्हें घटा के 2% करती। असि काफी देर तो लगे हुए हैं बेनती करते हैं भी देखो साडे बहुत खर्चे बढ़ गए, मनीमा दे खर्चे ने, बिजली दे खर्चे ने, ते होर सारे खर्चे, इन्ने खर्चे बढ़ गए, साडी आमदन नूं घटा के की करनगे, ਇਹ ਨਾ ਹੋਵੇ ਵੀ ਸਾਨੂੰ ਮਜਬੂਰ ਹੋ ਕੇ ਇਸ ਕੰਮ ਨੂੰ ਛੱਡਣਾ ਪਵੇ। ਤੇ ਉਸ ਤੋਂ ਬਾਅਦ ਸ਼ੈਲਰਾਂ ਦਾ, ਸ਼ੈਲਰਾਂ ਦੀ ਵੀ ਇਹੀ ਪੀਸ਼ਨ ਚੱਲ ਰਹੀ ਹੈ, ਸ਼ੈਲਰਾਂ ਦੀ ਵੀ ਇਹੀ ਪੀਸ਼ਨ ਚੱਲ ਰਹੀ ਹੈ, ਕੋਈ ਨਾ ਕੋਈ ਦਿੱਕਤ ਆਉਂਦੀ ਹੈ। ਪਿਛਲੇ ਸਾਲ ਸੈਂਟਰ ਸਰਕਾਰ ਨੇ ਸ਼ੈਲਰਾਂ ਨੂੰ 45 ਪਾਉਣ ਵਾਸਤੇ ਕਿਹਾ ਸੀ, ਉਹ 45 ਸਪੈਸ਼ਲ ਮਿੱਲਾਂ ਨੇ ਤਿਆਰ ਕੀਤਾ ਤੇ ਪੰਜਾਬ ਗਵਰਨਮੈਂਟ ਨੇ ਉਹਨੂੰ ਆਥੋਰਾਈਜ਼ ਕੀਤਾ, ਸਾਨੂੰ ਉਹਨਾਂ ਤੋਂ ਪਰਚੇਜ਼ ਕਰਨ ਵਾਸਤੇ ਮਜਬੂਰ ਕੀਤਾ ਵੀ ਇਹਨਾਂ ਤੋਂ ਹੀ ਲਓ। ਅਸੀਂ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਤੋਂ ਲਿੱਤਾ, ਸਾਡਾ ਕੰਮ ਹੈ ਸਿਰਫ ਉਹਨੂੰ ਮਿਕਸ ਕਰਨਾ। ਅਸੀਂ ਉਹਨੂੰ ਮਿਕਸ ਕੀਤਾ, ਮਿਕਸ ਕਰਨ ਤੋਂ ਬਾਅਦ ਜੋ ਇਹਨਾਂ ਦੀ ਥਿਊਰੀ FCI ਨੇ ਉਹਨੂੰ ਪਾਸ ਕੀਤਾ, ਅਸੀਂ ਚੌਲ ਲਾਤੇ, ਜੁਲਾਈ ਨੂੰ 6-7 ਮਹੀਨੇ ਕੰਮ ਬੰਦ ਹੋਏ ਨੂੰ ਹੋ ਗਏ, ਲੇਕਿਨ ਉਹਨਾਂ ਨੇ ਉਹ ਚੱਕੇ ਜਿਹੜੇ ਨੇ ਆਪ ਚ ਹੁਣ ਚੈੱਕ ਕਰਕੇ ਰਿਜੈਕਸ਼ਨ ਚ ਪਾ ਦੇ, ਜਿਹਦੀ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਅਸੀਂ ਤਾਂ ਸਿਰਫ ਮਿਕਸ ਕਰਦੇ ਹਾਂ। ਤੇ ਉਹ ਜ਼ਿੰਮੇਵਾਰੀ ਆ ਜਿਹਨੇ ਮਾਲ ਤਿਆਰ ਕਰਿਆ ਉਹਦੀ ਜ਼ਿੰਮੇਵਾਰੀ ਹੈ, ਜੇ ਜਿਹਨੂੰ ਅਸੀਂ ਨੇ ਦੇਣ ਨੂੰ ਕਿਹਾ ਉਹਨਾਂ ਨੂੰ ਕੰਡੀਸ਼ਨਾਂ ਦੇ ਮੁਤਾਬਕ ਦੇਤਾ। ਸੋ ਸਾਡੀ ਬੇਨਤੀ ਆ ਵੀ ਇਹੋ ਜਿਹੇ ਕੰਮ ਇਹਨੂੰ ਕਿਸੇ ਦੀ ਵੀ ਜ਼ਿੰਮੇਵਾਰੀ ਜਿਹਦੀ ਜ਼ਿੰਮੇਵਾਰੀ ਹੈ ਉਹਦੇ ਤੇ ਪਾਇਆ ਜਾਵੇ, ਪਲੱਸ ਇਹਨੂੰ ਨੁਕਸਾਨ ਨਾ ਕੀਤਾ ਜਾਵੇ। ਸ਼ੈਲਰ ਬੰਦ ਹੋਊਗਾ, ਜੀਰੀ ਨਹੀਂ ਵਿਕਣੀ, ਜੀਰੀ ਨਹੀਂ ਵਿਕਣੀ, ਆੜਤੀਏ ਦਾ ਕੰਮ ਠੱਪ, ਆੜਤੀਏ ਦਾ ਕੰਮ ਠੱਪ, ਕਿਸਾਨ ਦਾ ਠੱਪ, ਮੁੜ ਕੇ ਫਿਰ ਧਰਨਿਆਂ ਤੇ। ਸੋ ਮੈਂ ਤਾਂ ਬਾਰ ਬਾਰ ਇਹੀ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਧਰਨਿਆਂ ਦੀ ਬਜਾਏ ਵੈਸੇ ਹੀ ਸਮਝ ਕੇ ਕੰਮ ਸਾਡੇ ਨਾਲ ਦੀ ਨਾਲ ਨਿਬੇੜੇ ਜਾਣ, ਤਾਂ ਕਿ ਅਸੀਂ ਸਮੂਥਲੀ ਕੰਮ ਕਰਕੇ ਹਰ ਸਿਟੀਜਨ ਜਿਹੜਾ ਇੰਡੀਆ ਦਾ ਸਹੀ ਰੋਟੀ ਖਾ ਸਕੇ। ਜਿਸ ਤਰ੍ਹਾਂ ਹੱਥੋਂ ਹੱਥ ਖਰੀਦ ਦੀ ਗੱਲ ਕੀਤੀ ਹੈ ਸਰਕਾਰ ਨੇ ਕਿ ਹੱਥੋਂ ਹੱਥ ਖਰੀਦ ਹੋਏਗੀ, 24 ਘੰਟਿਆਂ ਦੇ ਵਿੱਚ ਹੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਫਸਲਾਂ ਦੇ ਪੈਸੇ ਪੈ ਜਾਣਗੇ। ਪਿਛਲੀ ਵਾਰ ਵੀ ਹੋਇਆ ਕਿ 24 ਘੰਟਿਆਂ ਵਿੱਚ ਪੈ ਗਏ ਸੀਗੇ, ਪਟਿਆਲਾ ਦਾ ਪਹਿਲਾ ਕਿਸਾਨ ਸੀਗਾ। ਇਸ ਪਾਲਿਸੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਸਰਕਾਰ? ਉਹ ਹੋ ਜੂਗਾ, ਉਹ ਠੀਕ ਹੈ, ਉਹ ਪਰਚੇਜ਼ ਵੀ ਠੀਕ ਹੋ ਜਾਂਦੀ ਹੈ, ਪੇਮੈਂਟਾਂ ਵੀ ਪੈ ਜਾਂਦੀਆਂ ਨੇ, ਕੋਈ ਗੱਲ ਨਹੀਂ, ਇਹ ਰੂਟੀਨ ਦੀ ਗੱਲ ਹੈ, ਤਾਂ ਹੁਣ ਦਿਨ ਪਰ ਦਿਨ ਵਧੀਆ ਹੀ ਹੋ ਰਿਹਾ। ਸਰ ਕੀ ਨਾਮ ਹੈ ਤੁਹਾਡਾ? ਰਾਹੁਲ ਗੁਪਤਾ ਜੀ। ਕਿਸ ਤਰ੍ਹਾਂ ਵੇਖਦੇ ਹੋ ਅੱਜ ਕਿਸਾਨ ਫਸਲਾਂ ਲੈ ਕੇ ਪਹੁੰਚ ਰਹੇ ਨੇ ਪਹਿਲਾ ਦਿਨ ਅੱਜ? ਸਰ ਬਹੁਤ ਵਧੀਆ ਗੱਲ ਹੈ, ਖੁਸ਼ਹਾਲੀ ਦਾ ਦਿਨ ਹੈ, ਕਿਸਾਨ ਆਪਣੀ 6 ਮਹੀਨੇ ਦੀ ਫਸਲ ਪਾਲ ਕੇ ਅੱਜ ਮੰਡੀਆਂ ਵਿੱਚ ਪਹੁੰਚ ਰਹੇ ਨੇ। ਇਹ ਵੀ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ, ਜਿਹੜਾ ਕਿ ਨਵੇਂ ਬੀਜ ਲੈ ਕੇ ਆਈ ਹੈ, ਜਿਵੇਂ ਕਿ 26 ਪੈਡੀ ਅੱਜ ਆ ਰਹੀ ਹੈ, ਜਿਹੜੀ ਕਿ ਪਾਣੀ ਦੀ ਖਪਤ ਵੀ ਘੱਟ ਕਰਦੀ ਹੈ ਤੇ ਇਹ ਫਸਲ ਵੀ ਪੱਕ ਕੇ ਆ ਰਹੀ ਹੈ। ਨਹੀਂ, ਇਹ ਕਦੇ ਵੀ ਨਹੀਂ ਹੋਇਆ ਪਹਿਲਾਂ ਦੇ ਅਦਾਰੇ ਦੇ ਵਿੱਚ ਵੀ 1 ਤਰੀਕ ਨੂੰ ਫਸਲ ਮੰਡੀਆਂ ਵਿੱਚ ਪਹੁੰਚ ਜਾਵੇ। ਲੇਕਿਨ ਜਿਸ ਤਰ੍ਹਾਂ ਪਿਛਲੀ ਵਾਰ ਕਮੀਆਂ ਕਾਫੀ ਦੇਖਣ ਨੂੰ ਮਿਲੀਆਂ ਸੀਗੀਆਂ ਇੱਥੇ, ਮਾਰਕੀਟ ਕਮੇਟੀ ਦੀਆਂ ਜਿਸ ਤਰ੍ਹਾਂ ਬਾਥਰੂਮ ਦਾ ਪ੍ਰਬੰਧ ਨਹੀਂ ਸੀਗਾ, ਲੋਕ ਲੱਗਿਆ ਪਿਆ ਸੀਗਾ, ਜਿਹੜੀਆਂ ਉਰੇ ਮਜ਼ਦੂਰ ਭੈਣਾਂ ਮਹਿਲਾਵਾਂ ਆਈਆਂ ਪਈਆਂ, ਉਹਨਾਂ ਨੂੰ ਕਾਫੀ ਕਮੀ ਆ ਰਹੀ ਸੀਗੀ, ਹੈ ਨਾ, ਕਾਫੀ ਮੁਸ਼ਕਿਲ ਆ ਰਹੀ। ਕਿਸਾਨ ਨੇ ਉਦੋਂ ਵੀ ਮੰਗ ਕੀਤੀ ਸੀ, ਇਸ ਵਾਰ ਉਸ ਮਸਲੇ ਦਾ ਹੱਲ ਕਰ ਦਿੱਤਾ ਗਿਆ ਪੁਖਤਾ? ਮਾਰਕੀਟ ਕਮੇਟੀ ਦੇਖੋ ਡੇ ਪਰ ਡੇ ਇੰਪਰੂਵ ਕਰੀ ਜਾ ਰਹੀ ਹੈ, ਉਹਨਾਂ ਦੇ ਮੁਲਾਜ਼ਮ ਵੀ ਅੱਗੇ ਤੋਂ ਧਿਆਨ ਰੱਖਦੇ ਨੇ, ਜਿਹੜੀਆਂ ਕਮੀਆਂ ਹੋਈਆਂ ਉਹਨਾਂ ਨੂੰ ਦੂਰ ਕਰ ਦਿੰਦੇ ਨੇ ਟਾਈਮ ਨਾਲ। ਅਸੀਂ ਵੀ ਉਹਨਾਂ ਨੂੰ ਬੇਨਤੀ ਕਰਦੇ ਰਹਿੰਦੇ, ਆੜਤੀ ਭਾਈਚਾਰੇ ਵੱਲੋਂ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਕਿਸਾਨ ਸਾਨੂੰ ਦੱਸਦੇ ਨੇ, ਉਹਨਾਂ ਦੇ ਰਾਹੀਂ ਅਸੀਂ ਹੱਲ ਕਰਵਾ ਲੈਂਦੇ ਉਹਨਾਂ ਨੂੰ। ਕੋਈ ਸਰਕਾਰ ਤੋਂ ਤੁਸੀਂ ਆਪਣੀ ਮੰਗ ਰੱਖਣੀ ਚਾਹੋਗੇ, ਜਿਸ ਤਰ੍ਹਾਂ ਕਿਸਾਨਾਂ ਨੇ ਰੱਖੀ ਹੈ ਕਿ ਜਿਹੜਾ ਫਸਲਾਂ ਖਰਾਬ ਹੋਈਆਂ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ, ਤੁਸੀਂ ਆਪਣੀ ਕੋਈ ਮੰਗ ਰੱਖਣੀ ਚਾਹੋਗੇ ਜਿਹੜੀ ਤੁਹਾਨੂੰ ਕਮੀ ਆ ਰਹੀ ਹੈ? ਸਰ ਸਾਡੀ ਮੰਗ ਤਾਂ ਇਹ ਹੈ ਜੀ, ਆੜਤੀ ਭਾਈਚਾਰੇ ਨੂੰ ਸਰ 2.5% ਆੜਤ ਮਿਲਦੀ ਸੀ ਪਹਿਲਾਂ, ਜਿਹੜੀ ਕਿ ਸੈਂਟਰ ਗਵਰਨਮੈਂਟ ਨੇ ਹੁਣ 46 ਰੁਪਏ ਕੁਇੰਟਲ ਫਿਕਸ ਕਰ ਦਿੱਤੀ ਹੈ। ਜਿਵੇਂ ਕਿ ਆਪਾਂ ਦੇਖੀਏ ਗਵਰਨਮੈਂਟ GDP ਦੀ ਗੱਲ ਕਰਦੀ ਹੈ, GDP ਆਪਣੀ 8% ਤੇ ਗਰੋ ਕਰਦੀ ਹੈ ਕੰਟਰੀ ਦੀ, ਜੇ 8% ਸਰਕਾਰ ਆਪਣਾ ਹੱਕ ਸਮਝਦੀ ਹੈ ਵੀ ਕੰਟਰੀ ਦੀ ਗਰੋਥ 8% ਤੇ ਹੋਣੀ ਚਾਹੀਦੀ ਹੈ, ਤਾਂ ਉਹਨਾਂ ਨੂੰ ਇਹ ਵੀ ਹੱਕ ਬਣਦਾ ਵੀ ਸਿਟੀਜ਼ਨ ਦੀ ਗਰੋਥ ਵੀ 8% ਤੇ ਹੋਣੀ ਚਾਹੀਦੀ ਹੈ, ਜਿਹੜੀ ਕਿ ਉਹ ਦਿਨ ਪਰ ਦਿਨ ਘਟਾਈ ਜਾ ਰਹੇ ਨੇ। ਸੋ ਇਹ ਸਾਡੀ ਸਰਕਾਰ ਨੂੰ, ਸੈਂਟਰ ਗਵਰਨਮੈਂਟ ਨੂੰ ਵੀ, ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ। ਇਹ ਇੱਕ APMC ਐਕਟ ਬਣਿਆ ਸੀ ਕਈ ਸਾਲ ਪਹਿਲਾਂ, 1930-35 ਦੀ ਗੱਲ ਹੈ, ਉਦੋਂ ਦੇ APMC ਐਕਟ ਦੇ ਤਹਿਤ ਇਹ ਫੈਸਲਾ ਹੋਇਆ ਸੀਗਾ ਵੀ ਇਹ 2.5% ਆੜਤੀਆਂ ਨੂੰ ਦਿੱਤੀ ਜਾਊਗੀ, ਜਿਹੜੀ ਕਿ ਅੱਜ ਸੈਂਟਰ ਗਵਰਨਮੈਂਟ ਨੇ ਧੱਕੇ ਨਾਲ ਘਟਾ ਕੇ 2% ਕਰ ਦਿੱਤੀ ਹੈ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ RDF ਵੀ ਬੰਦ ਕਰ ਦਿੱਤਾ ਹੈ। ਸੋ ਇਹ ਥੋੜ੍ਹਾ ਜਿਹਾ ਸੈਂਟਰ ਗਵਰਨਮੈਂਟ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ।
बिलकुल तस्वीर देख सकते हो कि किसान जेड़े अज पहले दिन ही अपनी फसलां लेके पहुंचना शुरू हो चुके ने। सो तस्वीर दे विच तुसी ये देख सकते हो कि इस पासे किसानां दीआं फसलां पईआं होईआं नजर आ रहीआं ने। मंडियां दे विच जिहड़ी हत्थों हत्थ खरीद की गल की गई सी उस दे उपर जिहड़ी है आड़ती भाईचारे ने भी सहमति जताई है कि यह पॉलिसी जरूर लागू होवेगी सरकार दी, क्योंकि हत्थों हत्थ खरीद जिहड़ी है पिछले समय दौरान भी हुई है। 24 घंटे दे अंदर पहला किसान सी पटियाले दा जिसके खाते दे विच सरकार वल्लों पेमेंट जिहड़ी है वह पाई गई सी। तो इस बार किसानां दा कहना है कि जिहड़ी हड़ां दे नाल फसलां तबाह होईआं ने किसानां दीआं पिछले समय दौरान जिस तरह सरकार ने गल कही सी कि मुआवजा दिता जाएगा प्रति एकड़ के हिसाब के नाल, तां ओह किसानां वल्लों मंग की जा रही है कि उसका मुआवजा जिहड़ा जल्दी तो जल्दी किसानां नूं दिता जाए तां जो किसान अपनी जिहड़ा ओह नुकसान होया सीगा जिहड़ा कर्जा चुक के ओह फसल लगाई गई सीगी उसका नुकसान जिहड़ा भर सकन। लेकिन किसान यह भी गल कहिंदे होए नजर आए कि जो मार्केट कमेटी ने इंतजाम किए ने ओह बहुत वधिया ने, क्योंकि अज पहला दिन है, टॉयलेट का इंतजाम भी हो चुका है, इतने पानी का इंतजाम भी कर दिया गया है मार्केट कमेटी की तरफ तो, क्योंकि पिछले समय दौरान काफी कमियां देखने को मिली सीगियां, लेकिन वह कमियां इस बार दूर किया गया है। किसान अज पहले दिन काफी वड्डी गिणती दे विच अपनी फसलां जिहड़ियां ने मंडियां दे विच लैके पहुंच रहे हैं, आड़ती भाईचारा उन्हां दा सहयोग करता हुआ नजर आ रहा है। कैमरा परसन मनोज नाल कवलजीत कंबोज, जागबानी टीवी।